सारे मुसलमान हो गए थे। थैंक यू थैंक यू थैंक यू। जिंदाबाद केड़े बड़ा की तेरी रन गुजरा। हां मार चुकया रन नहीं नाले एवी किसी दे रन ते नहीं चली जा की मेहरबानी तू दा रन मुंह च ही ले लिया। मैनू तो लग रहा तुसी दोवां ने ले लिया। वैसे पापा एहो जी औरत दा एक फायदा की आखरी सीट वाले नु लगदा सी फ्रंट दी निकल लई है। की मतलब है तेरा पापा वेखो तो सही तरह हाय हाय काका एक साइज तेरी मां दा सी ओ कद काट साहब जी कह रहे ने कद हाइट हाइट ओ माय गॉड। ओ वैसे गर्मदन दसा माशाल्लाह ਤੁਸੀਂ ਹੈ ਤੇ ਜਵਾਨ ਹੋ ਬੜੇ ਸੋਹਣੇ ਹੋ ਮਗਰ ਤੁਸੀਂ ਬਦ ਕਿਸਮਤ ਹੋ। ਉਹ ਕਿਉਂ ਤੁਸੀਂ ਆਪਣਾ ਬੱਚਾ ਛਿਲੇ ਜੀ ਮਾਰ ਲੈਣਾ। ਉਹ ਕਿਵੇਂ ਉਹਦਾ ਮੂੰਹ ਹੀ ਨਹੀਂ ਖੁੱਲਣਾ। ਵੈਸੇ ਕੀ ਮਾਸ਼ਾਅੱਲਾ ਹੋਏ ਹੋਏ ਵਾਹ ਬਈ ਵਾਹ। ਮੈਂ ਕਿਹਾ ਤੁਸੀਂ ਜਿਵੇਂ ਤੁਹਾਡੇ ਕੋਲ ਪਿੱਛੇ ਕਾਫੀ ਜਗ੍ਹਾ ਹੋਣਾ ਤੁਸੀਂ ਚੋਰਾਂ ਨਾਲ ਜਾਇਆ ਕਰੋ। ਕਿਉਂ ਉਹਨਾਂ ਨੂੰ ਕੰਧਾਂ 'ਚ ਪਾਇਆ ਕਰੋ। ਡੁਸ ਨੋ ਗਿਆ ਡੁਸ ਨੋ ਗਿਆ ਕਿੰਨਾ ਮਜ਼ਾ ਆਇਆ। ਮੈਂ ਕਹਿੰਦਾ ਕਿ ਛੱਡ ਕੇ ਲਾਉਂਦੇ ਕਈਆਂ ਦੀ ਕੰਧ ਅੜ ਵੀ ਜਾਣੀ। ਤੁਸੀਂ ਇਹ ਦੱਸੋ ਫੈਸਲਾਬਾਦ ਆਏ ਕੈਸੇ ਲੱਗੇ ਇੱਥੇ ਦੇ ਲੋਕ? ਬਹੁਤ ਅੱਛੇ। ਠਹਿਰ ਜਾਓ ਹਫ਼ਤਾ ਕੁ ਹੋਰ। ਫੈਸਲਾਬਾਦ ਦੇ ਲੋਕ ਬੜੇ ਮਾਸੂਮ ਆ। ਉਹ ਕਿਵੇਂ? ਆ ਵੇਖੋ ਚਦਰਾਂ ਹੀ ਇੰਜ ਲਈਆਂ ਜਿਵੇਂ 2.5 ਮਹੀਨੇ ਦਾ ਡਰਾਮਾ ਹੈ। ਫੈਸਲਾਬਾਦ ਦੀ ਇੱਕ ਗੱਲ ਬੜੀ ਮਸ਼ਹੂਰ ਆ। ਕਿਹੜੀ? ਆ ਕਿਤੇ ਜਰਮਨ ਸ਼ਾਫਟ ਬੰਨ ਲਓ ਨਾ ਫਿਰ ਬੁਲੀ ਗੱਲ ਕਰੇਗਾ। ਇਹਨੂੰ ਤਾਂ ਥੱਲੇ ਦੇ। ਅੱਛਾ ਜੀ ਕਿਹੜੀ ਗੱਲ ਮਸ਼ਹੂਰ ਹੈ? ਫੈਸਲਾਬਾਦ ਦੀ ਗੱਲ ਬੜੀ ਮਸ਼ਹੂਰ ਆ। ਕੀ ਤੂੰ ਇੱਥੇ ਬਹਿ? ਮੈਂ 2 ਮਿੰਟ ਚ ਆਇਆ ਤੇ ਮੁੜ ਕੇ ਰਕਸ਼ੇ ਵਾਲਾ 2 ਘੰਟੇ ਬੈਠਾ ਰਹਿੰਦਾ। ਉਹ ਲੱਗਦੀ ਲਾਹੌਰ ਦੀ ਆ ਉਹ ਕਿਸ ਹਿਸਾਬ ਨਾਲ ਨੱਚਦੀ ਆ ਕੁੜੀ ਦਾ ਪਤਾ ਕਰੋ ਕਿਹੜੇ ਸ਼ਹਿਰ ਦੀ ਆ ਕਿਹੜੀ ਆਂਟੀ ਕੋ ਮਲਤਾਨ ਉਹ ਨਹੀਂ ਮਲਤਾਨ ਮਲਤਾਨ ਤੇ ਭਾਈ ਰਕਸ਼ਾ ਜਾਂਦਾ ਹੀ ਨਹੀਂ। ਅੱਜ ਬੁੱਧ ਹੈਗਾ ਤੈਨੂੰ ਜਾਂਦਾ ਦਿਖਾਵਾਂਗਾ। ਤੂੰ ਇਹ ਵੇਖ ਮੇਰੇ ਭਰਾਵਾਂ ਨੂੰ ਮੇਰੇ ਘਰ ਦਾ ਕਿੰਨਾ ਪਤਾ ਹੈ। ਬੜੀ ਗੱਲ ਆ ਬੜੀ ਗੱਲ ਆ। ਖਰਚਾ ਦੇ ਕੇ ਆਇਆ ਕਰ। ਖਰਚਾ ਨਹੀਂ ਦੇ ਕੇ ਆਉਂਦਾ। ਹੁਣ ਬਹਿਨੋਈ ਲੱਭ ਜਾਵੇਂ ਤੇ ਮੈਨੂੰ ਨੀਵੇਂ ਥਾਂ ਬਿਠਾ ਲੈ। ਮੈਂ ਕਹਿ ਰਿਹਾ ਤੁਹਾਨੂੰ ਪਤਾ ਮੈਂ ਤੁਹਾਨੂੰ ਕਿਉਂ ਬੁਲਾਇਆ? ਕਿਉਂ ਬੁਲਾਇਆ ਤੂੰ ਮੈਨੂੰ? ਮੇਰੀ ਜਾਨ ਫਸ ਗਈ ਹੈ। ਕਿੱਥੇ? ਮੈਂ ਗਲਤੀ ਨਾਲ ਆਪਣੀ ਬੁੱਢੀ ਨੂੰ ਤਲਾਕ ਦੇ ਬੈਠਾ। ਅੱਛਾ। ਇੱਕ ਹੋਰ ਬੰਦੇ ਨਾਲ ਸ਼ਾਦੀ ਕੀਤੀ ਵੀ ਉਹ ਫੌਤ ਹੋ ਜਾਏਗਾ। ਅੱਛਾ। ਪਰ ਵਿਆਹ ਉਹਦੇ ਰਾਸ ਆ ਗਿਆ ਉਹ ਦਿਨ ਬ ਦਿਨ ਠੀਕ ਹੋਣ ਦੇ ਆ। ਪਰ ਮੈਂ ਆਪਣੀ ਬੁੱਢੀ ਨਾਲ ਬੜਾ ਪਿਆਰ ਕਰਦਾ ਕਿਸੇ ਤਰੀਕੇ ਨਾਲ ਉਹਨੂੰ ਤਲਾਕ ਦਵਾ ਦੇ ਤੂੰ ਤੇ ਘਰਾਂ ਦੇ ਘਰ ਉਜਾੜ ਹੀ ਲੈਂਦੀ। ਓਏ ਹਾਂ ਕਿਸ਼ਵਰ ਦੇ ਹੁੰਦੇ ਆ ਮੈਂ ਦੁੱਧ ਬਾਹਰੋਂ ਨਹੀਂ ਮੰਗਾਇਆ ਯਾਰ ਸਮਝਾ ਇਹਨੂੰ ਇਹ ਸਮਝਿਆ ਹੋਇਆ ਚੱਲ ਠੀਕ ਹੈ ਤੇਰਾ ਕੰਮ ਹੋ ਜਾਏਗਾ ਉਹਨੂੰ ਬੁਲਾ ਹੁਣ ਮੈਂ ਬੁਲਾਵਾਂ ਬੁਲਾ ਹੁਣ ਮੈਂ ਬੁਲਾਉਂਦਾ ਤਾਂ ਨਹੀਂ ਪਰ ਤੇਰੀ ਵਜ੍ਹਾ ਤੋਂ ਬੁਲਾਉਣ ਲੱਗਾ ਅੱਜ ਬੁਲਾ ਲੈ ਕੰਮ ਹੋ ਜਾਏਗਾ ਨਾ ਪੱਕਾ 110% ਓਕੇ ਓਕੇ ਲਵ ਯੂ ਥੈਂਕ ਯੂ ਲੈ ਲਵ ਯੂ ਬੁੱਢੀ ਤੇਰੀ ਅੰਦਰ ਆ ਤੂੰ ਲਵ ਯੂ ਪਹਿਲਾ। ਅੱਛਾ ਮੇਰੀ ਗੱਲ ਸੁਣੋ ਤੁਸੀਂ ਕੀ ਕਰਦੇ ਹੋ? ਹਾਂਜੀ ਤੁਸੀਂ ਕੀ ਕਰਦੇ ਹੋ? ਗੈਂ 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 ਨਹੀਂ ਨਹੀਂ ਤੁਸੀਂ ਕੀ ਕਰਦੇ? ਮੈਂ ਤੇਰੇ ਮੂੰਹ 'ਚ ਪਲੱਗ ਦੇ ਦੇਣਾ ਇੱਥੇ ਆ ਕੇ ਤੇਰਾ ਪਲੱਗ ਬਾਟਾ ਤੈਨੂੰ ਕਿੰਨੀ ਵਾਰ ਕਿਹਾ ਇਹਨੂੰ ਦੰਦੀਆਂ ਨਾ ਵੱਢਿਆ ਕਰ। ਓਏ ਹੋਏ ਹੋਏ ਇਹਦੇ ਪਤਾ ਨਹੀਂ ਕਰਦੇ ਨੇ ਇਹਦੀ ਜ਼ਰੂਰਤ ਹੀ ਨਹੀਂ ਹੈ ਡੇਲੀ ਖੱਜਲ ਹੁੰਦਾ ਇੱਥੇ। ਗਲੇਲ ਚ ਪਾ ਕੇ ਤੂੰ ਛੱਡਦਾ ਆ ਇਹ ਕੰਜਰ ਕੌਣ ਆ ਲਿਫਾਫੇ ਦਾ ਸੂਟ ਪਾਈ ਫਿਰਦਾ ਵੈਰੀ ਗੁੱਡ ਨਾਈਸ ਇੰਨੀ ਚਟਿਆਈ ਇੰਨੀ ਕ੍ਰੀਮਨਸ ਵੈਰੀ ਗੁੱਡ ਨਾਈਸ ਕੌਣ ਤੁਸੀਂ ਇੰਨੇ ਭਰਪੂਰ ਬੱਲੇ 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 ਏਡਾ ਰਜਵਾਂ ਕੰਮ ਰਜਵਾਂ ਬੜੀ ਤੇ ਵੈਰ ਹੋਏ ਤੁਸੀਂ ਵੀ ਬਿਮਾਰ ਲੱਗਦੇ ਹੋ ਇੰਨੀਆਂ ਸੋਚਾਂ ਪਈਆਂ ਲੇਕਿਨ ਮੇਰੀ ਤਾਂ ਸੋਚ ਹੌਲੀ ਹੌਲੀ ਸਹੀ ਹੋਣ ਡੇਗੀ ਜਾਂ ਚਲੇ ਜਾ ਭਾਈ ਅਸੀਂ ਨਹੀਂ ਜਾਣਾ ਨਹੀਂ ਜਾਣਾ ਐਵੇਂ ਖੰਜਰ ਇੱਥੇ ਰਕਸ਼ੇ ਨੂੰ ਰੇਸਾਂ ਦੇਈ ਜਾਣੇ ਚੱਲ ਜਾਵਾ ਜੱਟ ਅੱਲਾ ਦੀ ਕਿਸਮਤ ਜਿੱਦਾਂ ਦਾ ਇਹਨੇ ਸੂਟ ਪਾਇਆ ਸਿਰਫ ਨੱਕ 'ਚ ਰੂੰ ਦਵੇ ਉਤਲੀ ਤਿਆਰੀ ਵਰਗਾ ਮੂੰਹ ਆ ਬਕਵਾਸ ਕਰਨ ਡਿਆ ਚੱਲ ਭਾਜਾ ਅਸੀਂ ਜਾਣਾ ਹੀ ਨਹੀਂ ਜਦੋਂ ਤੇਰੇ ਨਾਲ ਪੰਜਰਾ ਮੂੰਹ ਪਾੜ ਕੇ ਕਿਰਾਇਆ ਮੰਗ ਲੈਂਦਾ 150 ਰੁਪਏ 150
ਇੱਕ ਸਵਾਰੀਆਂ ਨੂੰ ਕਹਿੰਦੀ ਵੀ ਅਸੀਂ ਲਾਰੀ ਅੱਡੇ ਜਾਣਾ ਪੈਂਦਾ ਯਾਰ ਆਪਣੇ ਘਰ ਲੈ ਗਿਆ ਕਹਿੰਦਾ ਲਾਰੀ ਅੱਡੇ ਆਓ ਦੇਖੋ ਕਿੰਨੇ ਚੜ੍ਹਨ ਡੈ ਇਹਨੂੰ ਨਗਤੀ ਹੁਣ ਸਮਝ ਆਈ ਆ ਥੋੜੀ ਲੇਟ ਆਈ ਪਾਪਾ ਤੁਹਾਡੀ ਨੌਂ ਦਿਨ ਸੱਦਣ ਦੀ ਇਹਨੂੰ ਕੋ ਸੱਦਣ ਦੀ ਇਹਨੂੰ ਕੋ ਸੱਦਣ ਦੀ ਆ ਕਿਤੇ ਜਾਣਾ ਉਹਨੇ ਯਾ ਜਾਣ ਆਉਣ ਕਰੀਓ ਗੇੜਾ ਘੜਾ ਲਿਆ ਜਰਾ ਜਿਹੜਾ ਕੰਪਨੀ ਕੰਪਨੀ ਬਾ ਗੇੜਾ ਗੂੜਾ ਘੜਾ ਕੇ ਹਵਾ ਹੂ ਫਰਾ ਲਿਆ ਦਿਲ ਜਾ ਘਬਰਾਉਣ ਡਿਆ ਹੁੰਦਾ ਜਾ ਭਾਜਾ ਭਾਜਾ ਅੱਲਾ ਦੀ ਕਿਸਮੇ ਦਾ ਮੂੰਹ ਹੀ ਕਿਸੇ ਚੀਜ਼ ਨਾਲ ਮਿਲਦਾ ਹੈ ਹਵਾਈ ਚੀਜ਼ ਨਾਲ ਉਹ ਤੁਸੀਂ ਹੈ ਕੌਣ ਉਹ ਤੋਂ ਆਪਣਾ ਤਾਰ ਤਕਰਾਓ ਸਾਧ ਰਫੀਕ ਹੈ ਸਾਲੇ ਦਾ ਸਿਰ ਦੇਖ ਜਿਵੇਂ ਅਲਮਾਦਾ ਮੀਮਾ ਕੋ ਬਾਂਬ ਲਿਖਿਆ ਮੇਰੇ ਨਾਲ ਦੇ ਤਾਂ ਤੇ ਵਾਰ ਭਰੀ ਪਈ ਉਹ ਤੇ ਆਓ ਕਦੇ ਆਜ਼ਮ ਵਾਰ ਮੇਰੀ ਬਾਤ ਸੁਣੋ ਹਾਂਜੀ ਤੂੰ ਮੈਨੂੰ ਬਹੁਤ ਪਸੰਦ ਆਇਓ ਮੈਂ ਹਾਂ ਮੈਂ ਤੁਹਾਨੂੰ ਪਸੰਦ ਆ ਤੂੰ ਮੈਨੂੰ ਪਸੰਦ ਆ ਕੇ ਮੈਂ ਤੈਨੂੰ ਅਮਰੀਕਾ ਲੈ ਕੇ ਜਾਣਾ ਮੈਨੂੰ ਤੈਨੂੰ ਨਹੀਂ ਇੱਥੇ ਮੈਂ ਸਹੀ ਆ ਮੈਂ ਅਮਰੀਕਾ ਲੈ ਕੇ ਜਾਣਾ ਮਹੀਨੇ ਦਾ 5 ਲੱਖ ਰੁਪਏ ਸਿਰਫ ਜੇਬ ਖਰਚਾ ਦੇਵਾਂ ਇਹਦਾ ਮਤਲਬ ਜਿੰਨੇ ਬਿਮਾਰ ਆ ਸਾਰੇ ਅਮਰੀਕਾ ਹੀ ਜਾਣੇ ਸਿਰਫ ਤੂੰ ਮੈਨੂੰ ਪਸੰਦ ਹੈ ਬਸ ਮੈਂ ਤਾਂ ਪਸੰਦ ਹੈ ਲੇਕਿਨ ਮੈਂ ਤੈਨੂੰ ਪਸੰਦ ਕਿੱਦਾਂ ਆ ਗਿਆ ਮੈਂ ਤਾਂ ਮੈਨੂੰ ਤਾਂ ਜਿਨ੍ਹਾਂ ਨੇ ਜੰਮਿਆ ਉਹਨਾਂ ਨੇ ਪਸੰਦ ਨਹੀਂ ਕੀਤਾ ਉਹਨਾਂ ਨੇ ਥੋੜੀ ਦੇਰ ਬਾਅਦ ਮੈਨੂੰ ਨਾ ਪਸੰਦ ਹੀ ਦੱਸ ਦਿੱਤੀ ਸੀ ਤੂੰ ਮੈਨੂੰ ਬੜੇ ਪਸੰਦ ਆਏ ਹੋ ਉਹ ਬੇੜਾ ਕਰਕੇ ਜੇ ਮੈਂ ਅਜੇ ਨਵਾਂ ਨਵਾਂ ਬਿਮਾਰੀ ਤੋਂ ਉੱਠਿਆ ਹਾਂ ਆ ਕਿੰਨਾ ਬੜਨ ਮੇ ਤੇ ਪੈਂਡੇ ਤੂੰ ਮੈਨੂੰ ਬਹੁਤ ਪਸੰਦ ਆਏ ਬੱਲੇ ਬੱਲੇ ਆ ਮੇਰਾ ਜਿਸਮ ਗਰਮ ਕਿਉਂ ਨਹੀਂ ਹੋਣ ਡਿਆ ਪਤਾ ਨਹੀਂ ਅਸਲ ਜਿਆ ਮੇਰੇ ਨਾਲ ਲੱਗਣ ਹੀ ਨਹੀਂ ਡਈ ਮੇਰੀ ਬਾਤ ਸੁਣੋ ਹਾਂਜੀ ਮੈਂ ਤੁਹਾਨੂੰ ਸੇ ਸ਼ਾਦੀ ਕਰਨਾ ਚਾਹਤੀ ਹਾਂ ਮੇਰੇ ਨਾਲ ਤੇਰੇ ਨਾਲ ਮੈਂ ਤਾਂ ਵੇਖ ਗਿਆ ਉਹ ਜੇ ਮੈਨੂੰ ਲੈਣਾ ਸੀ ਸਵੇਰੇ ਸੁਖਤੇ ਸੁਖਤੇ ਆਉਂਦੀ ਮੈਂ ਤਾਂ ਅਜੇ ਹੁਣ ਥੋੜੀ ਦੇਰ ਪਹਿਲਾਂ ਮੇਰਾ ਵਿਆਹ ਹੋਇਆ ਹੀ ਆ ਅੱਛਾ ਮੈਂ ਤਾਂ ਬੜਾ ਔਖਾ ਬੰਨੇ ਕੰਡੇ ਲੱਗਿਆ ਵਾਂ ਤੁਹਾਨੂੰ ਛੱਡ ਦੇ ਤੂੰ ਮੇਰੇ ਨਾਲ ਸ਼ਾਦੀ ਕਰ ਆਪਾਂ ਬਾਹਰ ਜਾਵਾਂਗੇ ਇੰਜੋਏ ਕਰਾਂਗੇ ਮੌਜ ਮਸਤੀ ਕਰਾਂਗੇ ਮੌਜ ਮਸਤੀ ਬਾਹਰ ਜਾ ਕਰ ਲਈ ਹਾਂ ਇਹਨਾਂ ਸਾਰੀਆਂ ਚੀਜ਼ਾਂ ਇਹ ਮੌਜ ਮਸਤੀ ਵੀ ਖੁੱਲੀ ਜਗ੍ਹਾ ਹੋਣੀ ਕਿਤੇ ਇਹ ਤਾਂ ਮਾੜੇ ਮੋਟੇ ਕਮਰੇ 'ਚ ਮੌਜ ਮਸਤੀ ਹੋਣ ਵਾਲੀ ਹੈ ਹੀ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਤੈਨੂੰ ਇਹ ਸਾਰਾ ਕੁਝ ਗਿਫਟ ਆਹ ਹਾਂ ਚਨੋਟ ਤੇ ਪਹਾੜ ਮੈਨੂੰ ਮਿਲ ਜਾਣਗੇ ਬਾਕੀ ਹਾਂ ਪਰ ਮੈਂ ਤਾਂ ਸ਼ਾਦੀ ਕਰਾ ਲਈ ਹੈ ਮੈਂ ਇਦਾਂ ਹੀ ਆਪਾਂ ਚੱਲਦੇ ਕੋਈ ਨਹੀਂ ਉਹ ਵੀ ਰਹੀ ਜਾਵੇ ਤੂੰ ਵੀ ਰਹੀ ਜਾਈ ਦੋਨੋਂ ਤਲਾਕ ਦੇ ਲਈਏ ਨਹੀਂ ਤੇ ਮੈਂ ਚਲੀ ਜਾਵਾਂ ਨਾ 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 ਤੁਸੀਂ ਜਾਣਾ ਨਹੀਂ ਤੁਸੀਂ ਜਾਣਾ ਨਹੀਂ ਆ ਤਾਂ ਜਾਣ ਵਾਲਾ ਸਮਾਨ ਹੈ ਹੀ ਨਹੀਂ ਆ ਤਾਂ ਆ ਤਾਂ ਨਿਭਾਉਣ ਵਾਲਾ ਸਮਾਨ ਆ ਮੈਂ ਹੁਣ ਜੇ ਤਲਾਕ ਦੇ ਦਾਂ ਤਾਂ ਮੈਨੂੰ ਮਰਕਾ ਲੈ ਜਾਓਗੇ ਤੁਸੀਂ ਬਿਲਕੁਲ ਲੈ ਲੈ ਨਾ ਪੱਕਾ ਅੱਛਾ ਜੀ ਮੈਂ ਹੁਣੇ ਨੂੰ ਤਲਾਕ ਦੇ ਦਿੰਦੇ ਆਪਾਂ ਬੁਲਾਵਾਂ ਨੂੰ ਬੇਗਮ ਬੰਦ ਕਰ ਕਿਤਾ ਮਾਰਦੇ ਸੀ ਤੂੰ ਉਹ ਤੈਨੂੰ ਵਾਜਾ ਮਾਰ ਸੁਣ ਕੇ ਤੈਨੂੰ ਜਲਦੀ ਕਰੋ ਮੈਂ ਤੁਮੇ ਤਲਾਕ ਕਹਤਾ ਹੂੰ ਹਾਂ ਚਲੀਏ ਹਾਂ ਮਾਰ ਮਾਰ
ਤਾੜੀਆਂ ਮਾਰ ਕੇ ਚੱਲੇ ਅਸੀਂ ਮਾਮਾ ਬਾਹਰੋਂ ਤਾੜੀਆਂ ਮਾਰੋ ਅਮਰੀਕਾ ਹਾਂ ਉਹ ਤੇਰੇ ਵਰਗਾ ਪੈਂਸਰੇ ਜਾਵੇ 6 ਵਾਰੀ ਤਲਾਸ਼ੀ ਹੁੰਦੀ ਆ ਮੈਂ ਜ਼ਰੂਰੀ ਮਾਮਾ ਉਹਦਾ ਸੁਧਾਰ ਵੱਲ ਦੀ ਜਾਣਾ ਮੈਂ ਝੰਗਲ ਦੀ ਚਲੇ ਮੈਂ ਪਰੇ ਦੀ ਆਉਂਗਾ ਇਹ ਮੇਰੀ ਦੋਸਤ ਹੈ ਇਹ ਜਿਸ ਤਰ੍ਹਾਂ ਤੂੰ ਮਰੀਜ਼ ਬਣ ਕੇ ਟੌਂਗ ਰਚਾ ਕੇ ਮੇਰਾ ਘਰ ਖਰਾਬ ਕੀਤਾ ਘਰ ਤੇਰਾ ਸਾਲਾ ਮੈਂ ਫਰਸ਼ ਪੜਤੇ ਤੇਰੇ ਹੈ ਅਜੀ ਤੇ ਇਸ ਵਾਸਤੇ ਸੀ ਕਿ ਤੂੰ ਫੌਤ ਹੋ ਜਾਣਾ ਵਾ ਹਾਂ ਔਰ ਮੇਰੀ ਦੋਸਤ ਨੇ ਮੇਰਾ ਸਾਥ ਦੇ ਕੇ ਮੇਰਾ ਘਰ ਦੁਬਾਰਾ ਆਬਾਦ ਕਰ ਦਿੱਤਾ ਇਹ ਤੇਰੇ ਨਾਲ ਮੇਰੇ ਨਾਲ ਮਨਾ ਫਰਾਡ ਮਨਾ ਧੋਖਾ ਇਹ ਗਲਤੀ ਮੇਰੇ ਪਿਓ ਜੀ ਨੂੰ ਸੋਚਾਂ ਵਾਲੀਏ ਇਸ ਤੋਂ ਪਹਿਲੇ ਇਸ ਤੋਂ ਵਾਪਸ ਹਸਪੀਟਲ ਤੇ ਮੈਂ ਵਾਪਸ ਜਾਣਾ ਪੜੇਗਾ ਮੈਂ ਕਿੱਦਾਂ ਚੱਲਿਆ ਇਹ ਗਲਤੀ ਮੇਰੇ ਪਿਓ ਦੀ ਹੈ ਜਾਂ ਉਸ ਡਾਕਟਰ ਦੀ ਹੈ ਜਿਹਨੇ ਕਿਹਾ ਸੀ ਕਿ ਤੂੰ ਮਰ ਜਾਣਾ ਉਹ ਜ਼ਿੰਦਗੀ ਮੌਤ ਤੇ ਸੋਹਣਾ ਰੱਬ ਦੇਣ ਵਾਲਾ ਕੋਈ ਕੌਣ ਹੁੰਦਾ ਕਿਸੇ ਕੋਲੋਂ ਜ਼ਿੰਦਗੀ ਖੋਣ ਵਾਲਾ ਗੱਲਾਂ ਜਿਹੜੇ ਛੋਟੀਆਂ ਛੋਟੀਆਂ ਗੱਲਾਂ ਨਾਲ ਆਪਣੇ ਘਰ ਖਰਾਬ ਕਰਦੇ ਨੇ ਛੁੱਟੀਆਂ ਛੁੱਟੀਆਂ ਗੱਲਾਂ ਤੋਂ ਨੋਬਤ ਤਲਾਕ ਤੱਕ ਆ ਜਾਂਦੀ ਏ ਖੁਦਾ ਦਾ ਵਾਸਤਾ ਸ਼ੱਕ ਨਾ ਕਰਿਆ ਕਰੋ ਸ਼ੱਕ ਸਭ ਤੋਂ ਪਹਿਲੀ ਨੀ ਏ ਘਰ ਤਬਾਹ ਹੋਣ ਦੀ ਔਰ ਜਦੋਂ ਸ਼ੱਕ ਹੁੰਦਾ ਉਦੋਂ ਔਲਾਦ ਵੀ ਇਹੋ ਜਿਹੀ ਹੁੰਦੀ ਏ ਯਾਰ ਤੋਂ ਬੰਦਾ ਤੇ ਬਹੁਤ ਚੰਗਾ ਲੇਕਿਨ ਹਰਕਤ ਚੰਗੀ ਨਹੀਂ ਕੀਤੀ ਮੇਰੀਆਂ ਠੰਡਾਂ ਖਰਾਬ ਕੀਤੀਆਂ